ਡੱਲੇ ਕੋਲ ਜਾ ਕੇ ਸਤਿਗੁਰੂ ਠਹਿਰੇ ਤੇ ਡੱਲਾ ਕਹਿੰਦਾ ਮਹਾਰਾਜ ਚਮਕੌਰ ਤੇ ਜੰਗ ਚ ਮੈਨੂੰ ਕਿਉਂ ਨੀ ਯਾਦ ਕੀਤਾ, ਮੈਨੂੰ ਬੁਲਾ ਲੈਂਦੇ, ਮੈਂ ਫੌਜਾਂ ਲੈ ਕੇ ਆਉਂਦਾ ਤੇ ਮਹਾਰਾਜ ਤੁਰਕਾਂ ਦੀਆਂ ਫੌਜਾਂ ਨੂੰ ਭਾਜੜਾਂ ਪਾ ਦਿੰਦਾ। ਉਹਦੇ ਕੋਲ 300-400 ਗੱਲੇ ਗੱਭਰੂ ਜਵਾਨ ਸੀਗੇ ਡੱਲੇ ਦੇ ਕੋਲ, ਤੇ ਉਹਨੂੰ ਮਾਣ ਸੀਗਾ ਤੇ ਗੱਪਾਂ ਮਾਰਨ ਲੱਗ ਪਿਆ, ਕਹਿੰਦਾ ਮੇਰੀ ਫੌਜ ਨੂੰ ਬੁਲਾਉਣਾ ਸੀਗਾ। ਦਸਵੇਂ ਪਾਤਸ਼ਾਹ ਕਹਿੰਦੇ ਕੋਈ ਨੀ, ਸਮਾਂ ਲੰਘ ਗਿਆ ਜਿਹੜਾ ਚੰਗਾ ਹੀ ਲੰਘਿਆ। ਕਹਿੰਦੇ ਨਹੀਂ, ਫਿਰ ਵੀ ਮਹਾਰਾਜ ਮੈਨੂੰ ਜ਼ਰੂਰ ਬੁਲਾਉਣਾ ਸੀਗਾ। ਫਿਰ ਦੇਖਦੇ ਸਾਹਿਬਜ਼ਾਦੇ ਸ਼ਹੀਦ ਹੀ ਨਹੀਂ ਹੋ ਸਕਦੇ, ਕਹਿੰਦਾ ਜੇ ਮੈਂ ਪਹੁੰਚ ਜਾਂਦਾ ਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਲਗੀ ਧਰ ਪਿਤਾ ਜੀ ਜਾਣੀ ਜਾਣ ਦੇ ਹੰਕਾਰ ਨੂੰ ਜਾਣਗੇ, ਇਤਨੇ ਨੂੰ ਲਾਹੌਰ ਤੋਂ ਇੱਕ ਸਿੱਖ ਨੇ ਆ ਕੇ ਬੰਦੂਕ ਭੇਟਾ ਕੀਤੀ। ਮਹਾਰਾਜ ਕਹਿੰਦੇ ਡੱਲਿਆ ਬੰਦੂਕ ਬੜੀ ਸੋਹਣੀ ਲੱਗਦੀ ਹੈ, ਦੇਖੀਏ ਬੰਦਾ ਮਾਰਦੀ ਹੈ ਕਿ ਐਵੇਂ ਹੀ ਹੈ। ਕਹਿੰਦਾ ਜੀ ਬੰਦੇ ਨੂੰ ਛੱਡੇਗੀ, ਬੰਦੂਕ ਹੈ। ਮਹਾਰਾਜ ਕਹਿੰਦੇ ਨਹੀਂ, ਸ਼ਸਤਰ ਪਰਖ ਕੇ ਵਰਤਣਾ ਚਾਹੀਦਾ, ਮੌਕੇ 'ਤੇ ਧੋਖਾ ਨਾ ਦੇ ਜਾਵੇ ਕਿਤੇ। ਲਿਆ ਇੱਕ ਬੰਦਾ ਵੇਖੀਏ ਤਾਂ ਸਹੀ, ਤੇਰਾ ਇੱਕ ਜਵਾਨ ਕੱਢ ਖਾ ਬੰਦੂਕ 'ਚ ਲਾ ਕੇ ਵੇਖੀਏ। ਦਸਵੇਂ ਪਾਤਸ਼ਾਹ ਜਦੋਂ ਬੰਦੂਕ ਸਿੱਧੀ ਕੀਤੀ ਤਾਂ ਡੱਲੇ ਦੇ ਬੰਦੇ ਸਾਰੇ ਸਿਰ ਨੀਵੇਂ ਕਰ ਗਏ। ਉਹ ਕਹਿੰਦੇ ਲੜਾਈ 'ਚ ਮਰ ਜਾਣਾ ਹੋਰ ਗੱਲ ਹੈ, ਬਿਨਾਂ ਆਈ ਮੌਤ ਬੰਦੂਕ ਦੇ ਸਾਹਮਣੇ ਕੌਣ ਖਲੋਵੇ। ਮਹਾਰਾਜ ਕਹਿੰਦੇ ਡੱਲਿਆ ਚੱਲੇ ਤਾਂ ਵਿਚਾਰੇ ਤਨਖਾਹਦਾਰ ਤੇਰੇ ਨੌਕਰ ਨੇ, ਤੂੰ ਤਾਂ ਸਾਡਾ ਜਰਨੈਲ ਹੈ, ਤੂੰ ਤਾਂ ਆ ਜਾ ਸਾਹਮਣੇ। ਉਹ ਵੀ ਮੂੰਹ ਸਿਰ ਨੀਵਾਂ ਕਰ ਗਿਆ, ਕਹਿੰਦਾ ਮਹਾਰਾਜ ਕਿਸੇ ਝੋਟੇ 'ਤੇ ਨਾ ਪਰਖ ਲਈਏ ਜਾਂ ਕਿਸੇ ਬੱਕਰੇ ਬੁੱਕਰੇ 'ਤੇ ਗੋਲੀ ਚਲਾ ਕੇ। ਮਹਾਰਾਜ ਕਹਿੰਦੇ ਵੇਖਣਾ ਤਾਂ ਬੰਦਾ ਮਾਰ ਗਿਆ, ਬੰਦਾ ਝੋਟੇ ਥੋੜ੍ਹਾ ਮਾਰਨੇ ਆਪਾਂ, ਬੰਦਾ ਵੇਖਣਾ ਮਰਦਾ ਕਿ ਨਹੀਂ, ਅੱਗੇ ਖੜਾ ਹੋ। ਸਿਰ ਨੀਵਾਂ ਕਰ ਗਿਆ। ਫਿਰ ਪਾਤਸ਼ਾਹ ਕਹਿੰਦੇ ਇਸ਼ਾਰਾ ਕੀਤਾ, ਜਾਓ ਬਾਹਰ ਸਾਡਾ ਸਿੰਘ ਖਾਲਸੇ ਬੈਠੇ ਉਹਨਾਂ ਬੁਲਾਓ। ਇਹ ਵੀਰ ਸਿੰਘ ਧੀਰ ਸਿੰਘ ਰੰਗਰੇਟੇ ਦੋਵੇਂ ਕਹਿੰਦੇ ਨੇ ਭਰਾ ਸੀ ਵੱਡੇ ਛੋਟੇ, ਅੱਧਾ ਕੁ ਦੁਮਾਲਾ ਸਿਰ 'ਤੇ ਸਜਿਆ ਸੀ, ਅੱਧਾ ਕੁ ਸਜਾ ਰਹੇ ਸੀ, ਅਤੇ ਆਵਾਜ਼ ਆਈ ਵੀ ਸਿੰਘੋ ਤੁਹਾਨੂੰ ਮਹਾਰਾਜ ਬੁਲਾਉਂਦੇ, ਗੋਲੀ ਮਾਰ ਕੇ ਦੇਖਣੀ ਹੈ। ਉਹ ਦੋਵੇਂ ਦੌੜ ਪਏ, ਭੱਜ ਪਏ। ਉਹ ਕਹੇ ਤੂੰ ਭਰਾ ਹਟ, ਉਹ ਕਹੇ ਤੂੰ ਭਰਾ ਹਟ, ਆਪਸ ਲੜ ਪਏ। ਮਹਾਰਾਜ ਕਹਿੰਦੇ ਲੜਦੇ ਕਿਉਂ? ਕਹਿੰਦੇ ਜੀ ਇਹ ਵੱਡਾ ਭਾਈ ਕਹਿੰਦਾ ਮੈਂ ਬੰਦੂਕ ਦੀ ਨਿਸ਼ਾਨਾ ਬਣਨਾ, ਛੋਟਾ ਕਹਿੰਦਾ ਮੈਂ ਬਣਨਾ ਆਪਸ 'ਚ। ਉਹ ਕਹਿੰਦਾ ਮੈਂ ਪਹਿਲਾਂ ਆਵਾਜ਼ ਸੁਣੀ ਸੀ, ਮੇਰੀ ਵਾਰੀ ਹੈ। ਦੂਜਾ ਕਹਿੰਦਾ ਨਹੀਂ ਤੂੰ ਘਰ ਸਾਂਭਣਾ ਵੱਡਾ, ਮੈਨੂੰ ਸ਼ਹੀਦ ਹੋ ਜਾਣ ਦੇ ਗੁਰੂ ਦੇ ਹੱਥੋਂ। ਮਹਾਰਾਜ ਕਹਿੰਦੇ ਦੋਵੇਂ ਹੀ ਮਾਰ ਦਿੰਦੇ, ਖਲੋ ਜਾਓ। ਉਹ ਦੋਵੇਂ ਖਲੋ ਗਏ, ਮਹਾਰਾਜ ਨੇ ਸਿੱਧੇ ਕੀਤੀ ਬੰਦੂਕ ਛਾਤੀ ਤਾਣ ਕੇ ਬੜੇ ਖੁਸ਼ੀ ਨਾਲ ਵੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਹੱਥੋਂ ਸਾਡੀ ਮੁਕਤੀ ਹੋਣ ਲੱਗੀ ਹੈ। ਅਤੇ ਖਲੋਤੇ ਤੇ ਮਹਾਰਾਜ ਬੰਦੂਕ ਤੁਹਾਨੂੰ ਕਰਕੇ ਘੋੜਾ ਦੱਬ ਦਿੱਤਾ, ਸਿਰ ਤੋਂ ਗੋਲੀ ਕੱਢ ਦਿੱਤੀ। ਡੱਲਾ ਮੂੰਹ ਚੁੰਗਲਾਂ ਪਾ ਕੇ ਹੈਰਾਨ। ਮਹਾਰਾਜ ਕਹਿੰਦੇ ਡੱਲਿਆ ਚਮਕੌਰ ਦੇ ਜੰਗ 'ਚ ਤੇਰੇ ਵਰਗੇ ਨਹੀਂ ਇਹੋ ਜਿਹੇ ਕੰਮ ਆਏ ਹੈ, ਉੱਥੇ ਤੇਰੇ ਵਰਗਿਆਂ ਦੀ ਵੱਸ ਦੀ ਗੱਲ ਨਹੀਂ ਸੀ ਜਿੱਥੇ 10 ਲੱਖ ਵੈਰੀ ਚੜ੍ਹ ਕੇ ਆਇਆ ਹੋਇਆ ਸੀ। ਸੋ ਖਾਲਸਾ ਜੀ, ਦਸਵੇਂ ਪਾਤਸ਼ਾਹ ਮਹਾਰਾਜ ਤੋਂ ਜਿਨ੍ਹਾਂ ਨੇ ਬਖਸ਼ਿਸ਼ ਲਈ, ਬਾਬਾ ਵੀਰ